ਏ ਆਕਾਸ਼ ਵਣੀ ਖਬਰਾਂ ਦੇ ਬੁਲੇਟਿਨ ਨਾਲ ਮੈਂ ਬਲਜੀਤ ਕੌਰ ਪਹਿਲਾ ਖਾਸ ਖਬਰਾਂ सीबीआई ਦਿੱਲੀ ਆਪਕਾਰੀ ਨੀਤੀ ਦੇ ਕੇਸ ਸਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰ ਰਹੀ ਹੈ 갱스터 ਤੋਂ سیاستدان ਬਣੇ ਅਦੀਕ ਅਹਿਮਦ ਤੇ ਉਸਦੇ ਭਰਾ ਦੇ ਕਤਲ ਮਗਰੋਂ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦੇ ਤੇ ਉਸਤੇ ਨਾਲ ਲੱਗਦੇ ਸ਼ਹਿਰਾਂ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਕੇਂਦਰੀ ਖਜ਼ਾਨਾ ਮੰਤਰੀ निर्मला सीतारमण ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕਜੁੱਟ ਹੋ ਕੇ ਮਜ਼ਬੂਤ ਅਮਨਪੂਰਨ ਤੇ ਸੁਰਤਾ ਵਾਲੇ ਵਿਸ਼ਵ ਲਈ ਬੁਨਿਆਦ ਤਿਆਰ ਕਰ ਰਹੇ ਨੇ। ਅੰਤਰਰਾਸ਼ਟਰੀ ਪਾਇਜਾਰੀ ਨੇ ਸੁਡਾਨ ਦੀ ਰਾਜਧਾਨੀ ਹਾਰਤੋਮ ਵਿੱਚ ਹਿੰਸਾ ਦੇ ਵਧਨ ਦੀ ਨਿਖੇਦੀ ਕੀਤੀ ਹੈ ਤੇ ਲੜਾਈ ਨੂੰ ਫਾਰੀ ਖਤਮ ਕਰਨ ਦੀ ਅਪੀਲ ਕੀਤੀ ਹੈ। ਅਤੇ ਆਈਪੀਐਲ ਕ੍ਰਿਕਟ ਵਿੱਚ ਅੱਜ ਮੁੰਬਈ ਵਿੱਚ ਮੁੰਬਈ ਇੰਡੀਅਨ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜਦਕਿ ਅਹਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰੌਲਰਜ਼ ਨਾਲ ਹੋਏਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਨਵੀਂ ਦਿੱਲੀ ਵਿੱਚ ਸੀਬੀਆਈ ਸਦਰ ਮੁਕਾਮ ਵਿਖੇ ਦਿੱਲੀ ਆਪਕਾਰੀ ਨੀਤੀ ਕੇਸ ਵਿੱਚ ਪੁੱਛਗਿੱਛ ਜਾਰੀ ਹੈ। ਸ੍ਰੀ ਕੇਜਰੀਵਾਲ ਸਵੇਰੇ ਲਗਭਗ 11 ਵਜੇ ਸੀਬੀਆਈ ਸਾਹਮਣੇ ਪੇਸ਼ ਹੋਏ ਨੇ ਉਸ ਤੋਂ ਪਹਿਲਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਾਜਕਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਸੀਬੀਆਈ ਨੇ ਦਿੱਲੀ ਆਪਕਾਰੀ ਨੀਤੀ 2021 ਬਾਈ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਨੂੰ ਬਣਾਉਣ ਅਤੇ ਲਾਗੂ ਕਰਨ ਦੇ ਸਬੰਧ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਪੁੱਛਗਿੱਛ ਲਈ ਸ਼੍ਰੀ ਕੇਜਰੀਵਾਲ ਨੂੰ ਸੰਮਨ ਜਾਰੀ ਕੀਤੇ ਨੇ ਉੱਤਰ ਪ੍ਰਦੇਸ਼ ਸਰਕਾਰ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸਤੇ ਪਰਾ ਅਸ਼ਰਫ ਦੀ ਗੋਲੀ ਲੱਗਣ ਨਾਲ ਮੌਤ ਹੋਣ ਦੇ ਕੁਝ ਘੰਟਿਆਂ ਬਾਅਦ ਰਾਜ ਦੇ ਲਖਨਊ, ਪ੍ਰਿਆਗਰਾਜ ਤੇ 73 ਹੋਰ ਜ਼ਿਲ੍ਹਿਆਂ ਵਿੱਚ ਧਾਰਾ 144 ਲਾਈ ਹੈ। ਇਹ ਫੈਸਲਾ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਤੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਲਿਆ ਗਿਆ ਹੈ। ਰਾਜਪਾਲ ਦੀ ਪੁਲਿਸ ਨੂੰ ਉੱਚ ਚੌਕਸੀ ਤੇ ਰੱਖਿਆ ਗਿਆ ਹੈ ਮੁੱਖ ਮੰਤਰੀ yogya ditenath ਬੀਤੀ ਰਾਤ ਅਦੀਕ ਅਹਿਮਦ ਤੇ ਉਸਦੇ ਪਰਾ ਅਸ਼ਰਫ ਦੇ ਕਤਲ ਮਗਰੋਂ ਰਾਜ ਦੀ ਅਮਨ ਕਾਨੂੰਨ ਸਥਿਤੀ ਦੀ ਨਿਯਮਿਤ ਤੌਰ ਤੇ ਜਾਣਕਾਰੀ ਲੈ ਰਹੇ ਨੇ ਸਾਰੇ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਆਪੋ ਆਪਣੇ ਇਲਾਕਿਆਂ ਵਿੱਚ ਅਮਨ ਬਰਕਰਾਰ ਰੱਖਣ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਅੱਜ ਨਵੀਂ ਮੁੰਬਈ ਚ ਘਰ ਘਰ ਵਿਖੇ ਇੱਕ ਸਮਾਰੋਹ 'ਖੇ ਉਗੇ ਸਮਾਜ ਸੇਵਕ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਡਾਕਟਰ ਦਤਾਤreya ਨਾਰਾਇਣ ਉਰਫ ਅੱਪਾ ਸਾਹਿਬ ਧਰਮਾਧିକਾਰੀ ਨੂੰ ਮਹਾਰਾਸ਼ਟਰ ਭੂਸ਼ਣ ਇਨਾਮ ਪ੍ਰਦਾਨ ਕਰਨਗੇ ਮਹਾਰਾਸ਼ਟਰ ਰਾਜ ਸਰਕਾਰ ਨੇ ਸਾਲ 2022 ਲਈ ਮਹਾਰਾਸ਼ਟਰ ਭੂਸ਼ਣ ਇਨਾਮ ਪਦਮਸ਼੍ਰੀ ਡਾਕਟਰ ਅੱਪਾ ਸਾਹਿਬ ਧਰਮਾਧିକਾਰੀ ਨੂੰ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਇਕਨਤ शिंदे ਉਪ ਮੁੱਖ ਮੰਤਰੀ ਦਿਵੇਂਦਰ ਫੜਨवीस ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸੁਧੀਰ ਮੋਗਾੰਤੀਵਾਰ ਦੇ ਨਾਲ ਨਾਲ ਸ਼੍ਰੀ ਧਰਮਾਧିକਾਰੀ ਦਾ ਪਰਿਵਾਰ ਵੀ ਇਸ ਮੌਕੇ ਤੇ ਹਾਜ਼ਰ ਹੋਏਗਾ 20 ਲੱਖ ਤੋਂ ਵੱਧ ਲੋਕਾਂ ਦੇ ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਪ੍ਰਬੰਧ ਕੀਤੇ ਗਏ ਨੇ ਇਲਾਕੇ ਵਿੱਚ ਸੁਰੱਖਿਆ ਵੀ ਵਧਾਈ ਗਈ ਹੈ ਵਿਸ਼ਵ ਵਿੱਚ ਪਿਛਲੇ ਚਵੀ ਕੰਟੈਂਟ ਚ ਕੋਵਿਡ-19 ਦੇ ਕੋਲ 10093 ਕੇਸ ਸਾਹਮਣੇ ਆਏ ਨੇ ਕੇਂਦਰੀ ਸਿਹਤ ਮੰਤਰੀ ਆਦੇ ਨੇ ਕਿਹਾ ਕਿ ਇਸ ਸਮੇਂ ਦੌਰਾਨ ਕੋਵਿਡ-19 ਤੋਂ ਕੁੱਲ 6248 ਲੋਕ ਠੀਕ ਹੋਏ ਨੇ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿੱਚ ਕੋਵਿਡ ਦੇ ਜੇਰੇ ਲਾਸ਼ ਮਰੀਜ਼ਾਂ ਦੀ ਗਿਣਤੀ 57542 ਅਤੇ ਠੀਕ ਹੋਣ ਦੀ ਦਰ 88.6% ਹੈ ਇਸ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ 220 ਕਰੋੜ 66 ਲੱਖ ਤੋਂ ਵੱਧ ਵੈਕਸੀਨ ਖੁਰਾਕਾਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਕੇਂਦਰੀ ਸ਼ੁਗਿਰਦਾ ਚੰਗਲਾ ਅਤੇ ਜਲਵਾਯੂ ਤਬਦੀਲੀ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਵਾਤਾਵਰਨ ਦੀ ਰਾਖੀ ਅਤੇ ਮੁਰ ਸੁਰਜੀਤੀ ਜਲਵਾਯੂ ਤਬਦੀਲੀ ਦੇ ਅਸਰ ਨੂੰ ਘਟਾਉਣ ਵਿੱਚ ਅਤੇ ਇਸ ਦੇ ਪ੍ਰਭਾਵਾਂ ਨਾਲ ਨਜਿੱਠਣ 'ਚ ਸਾਡੀ ਮਦਦ ਕਰ ਸਕਦੀ ਹੈ ਜਾਪਾਨ 'ਚ ਸ਼ਾਪੋਰੋ ਵਿਖੇ ਜਲਵਾਯੂ ਊਰਜਾ ਤੇ ਚੁਗਿਰਦੇ ਬਾਰੇ G7 ਮੰਤਰੀਆਂ ਦੀ ਮੀਟਿੰਗ ਦੇ ਪਰਮੇਸ਼ਾਗਮ 'ਚ ਬੋਲਦਿਆਂ ਉਹਨਾਂ ਕਿਹਾ ਕਿ ਇਹ ਸਮੁੱਚੇ ਤੌਰ ਤੇ ਚੁਗਿਰਦੇ ਸਬੰਧੀ ਕਾਰਵਾਈ ਦੇ ਤਾਲਮੇਲ ਨਾਲ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਮੁੱਦਿਆਂ ਨਾਲ ਜੁਟਣਾ ਮਹੱਤਵਪੂਰਨ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਨੇ ਜੀਵੀ ਦੀ ਪ੍ਰਧਾਨਗੀ ਨੇ ਇਹ ਨਸਰਿਆ ਅਪਣਾਇਆ ਅਤੇ ਜ਼ਮੀਨ ਦੇ ਨਿਗਾਰਨ ਨੂੰ ਘਟਕਰਨ ਚੁਗਿਰਦੇ ਦੀ ਮੁਰਸੁਰਜੀਤੀ ਨੂੰ ਤੇਜ਼ ਕਰਨ ਤੇ ਜੈ ਪਿੰਤਾ ਨੂੰ ਭਰਪੂਰ ਬਣਾਉਣ ਦੇ ਤਰਜੀਹੀ ਖੇਤਰਾ ਚ ਅਨੁਕੂਲਤਾ ਨੂੰ ਸ਼ਾਮਲ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਮਜ਼ਬੂਤ ਪਰਮੰਤ ਅਤੇ ਇੱਕ ਸੁਰਤਾ ਵਾਲੇ ਆਲਮੀ ਪਾਈਚਾਰੇ ਲਈ ਰੜਕੇ ਬੁਨਿਆਦ ਤਿਆਰ ਕਰ ਰਹੇ ਨੇ ਵਾਸ਼ਿੰਗਟਨ ਡੀਸੀ ਵਿੱਚ ਇੰਡੀਆ ਹਾਊਸ ਵਿਖੇ ਭਾਰਤੀ ਅਮਰੀਕੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਾਮਨਾ ਕੀਤੀ ਕਿ ਭਾਰਤ ਅਤੇ ਅਮਰੀਕਾ ਸਬੰਧ ਕਾਫੀ ਮਜ਼ਬੂਤ ਹੋਏ ਨੇ ਇਸ ਮੌਕੇ ਤੇ ਅਮਰੀਕਾ ਦੇ ਵਪਾਰ ਮੰਤਰੀ ਗੀਨਾ ਰਾਇਮੋਂਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਹਾਲੀਆ ਮੀਟਿੰਗ ਨੂੰ ਚੇਤੇ ਕੀਤਾ ਤੇ ਉਹਨਾਂ ਨੂੰ ਵਿਸ਼ਵ ਦੇ ਸਭ ਤੋਂ ਮਜ਼ਬੂਤ ਨੇਤਾ ਘਰਾਰ ਦਿੱਤਾ। ਅਮਰੀਕਾ ਲਈ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਮੇਜ਼ਬਾਨੀ ਵਿੱਚ ਇੰਡੀਆ ਹਾਊਸ ਵਿਖੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਮਰੀਕੀ ਮੰਤਰੀ ਨੇ ਕਿਹਾ ਕਿ ਸ਼੍ਰੀ ਮੋਦੀ ਬੇਮਿਸਾਲ ਦੂਰਦਰਸ਼ੀ ਨੇਤਾ ਨੇ। ਗੀਨਾ ਰਾਇਮੋਂਡੋ ਨੇ ਕਿਹਾ ਕਿ ਭਾਰਤ ਦੇ ਲੋਕਾਂ ਪ੍ਰਤੀ ਸ਼੍ਰੀ ਮੋਦੀ ਦੀ ਵਚਨਬੱਧਤਾ ਦਾ ਪੱਧਰ ਵਿਆਪਕ ਭਾਪੂਰਣ ਅਸਲ ਅਤੇ ਪੱਕਾ ਹੈ ਅਜਿਹਾ ਉਹਨਾਂ ਨੂੰ ਜਿਸ ਨੂੰ ਦੱਸਿਆ ਜਾਂਦਾ ਹੈ ਕਿ ਇਹ ਵਰਣਨ ਨਹੀਂ ਕੀਤਾ ਜਾ ਸਕਦਾ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਰਾਜੂ ਸੰਧੂ ਨੇ ਕਿਹਾ ਕਿ ਭਾਰਤ ਅਮਰੀਕਾ ਭਾਈਵਾਲੀ ਨਾ ਸਿਰਫ ਦੋਹਾਂ ਦੇਸ਼ਾਂ ਲਈ ਸਗੋਂ ਸਮੁੱਚੇ ਵਿਸ਼ਵ ਲਈ ਇਲਾਹੀ ਵੰਡ ਰਹੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਕ ਇਨ ਇੰਡੀਆ ਮੁਹਿੰਮ ਨਾਲ ਹੋਈ ਤਰੱਕੀ ਤੇ ਖੁਸ਼ੀ ਜ਼ਾਹਰ ਕੀਤੀ ਵਿਦੇਸ਼ ਮੰਤਰੀ ਐਚ ਐ ਸ਼ੰਕਰ ਵੱਲੋਂ ਮਾਪੂਟੋ ਤੋਂ ਮਚਾਵਾ ਤੱਕ ਭਾਰਤ ਚ ਬਣੀ ਰੇਲ ਗੱਡੀ 'ਚ ਸਫ਼ਰ ਕਰਨ ਬਾਰੇ ਸਾਂਝੇ ਕੀਤੇ ਇੱਕ ਟਵੀਟ ਦਾ ਹਵਾਲਾ ਦਿੰਦਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਹਰੇਕ ਭਾਰਤੀ ਖੁਸ਼ ਹੋਏਗਾ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਮੁਹਿੰਮ ਆਲਮੀ ਪ੍ਰਗਤੀ ਕਰ ਰਹੀ ਹੈ। ਵਿਦੇਸ਼ ਮੰਤਰੀ ਨੇ ਮੋਜ਼ਮਬਿਕ ਦੇ ਟਰਾਂਸਪੋਰਟ ਮੰਤਰੀ ਮੈਥਿਊ ਮਾਗਾਲਾ ਨਾਲ ਸਫ਼ਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਦੇ ਤਾਜ ਮਹਿਲ ਪੈਲੇਸ ਵਿੱਚ ਐਸਆਈਓ ਮਿਲਟ ਫੂਡ ਫੈਸਟੀਵਲ ਦੀ ਤਾਰੀਫ਼ ਕੀਤੀ। ਪਾਰਲੀਮੈਂਟ ਮੈਂਬਰ ਮਨੋਜ ਕੋਟਕ ਵੱਲੋਂ ਕੀਤੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੰਬਈ ਵਿੱਚ ਸ਼੍ਰੀ ਅੰਨ ਨੂੰ ਮਕਬੂਲ ਬਣਾਉਣ ਲਈ ਇਹ ਇੱਕ ਸ਼ਲਾਘਾਯੋਗ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਦਮਸ਼੍ਰੀ ਸਨਮਾਨ ਪ੍ਰਾਪਤ ਪ੍ਰੇਮ ਜੀ ਬਾਰਿਆ ਵੱਲੋਂ ਉਪਹਾਰ ਵਜੋਂ ਪੇਸ਼ ਕੀਤੀ ਦਿਉ ਦੇ ਮਸ਼ਹੂਰ ਸਥਾਨਾਂ ਦੀ ਕਲਾਕ੍ਰਿਤੀ ਸਾਂਝੀ ਕੀਤੀ ਇੱਕ ਟਵੀਟ ਵਿੱਚ ਕਲਾਕ੍ਰਿਤੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਸ਼੍ਰੀ ਪ੍ਰੇਮ ਜੀ ਬਾਰਿਆ ਤੋਂ ਇਸ ਸ਼ਾਨਦਾਰ ਕਲਾਕ੍ਰਿਤੀ ਪ੍ਰਾਪਤ ਹੋਈ ਹੈ ਪ੍ਰਧਾਨ ਮੰਤਰੀ ਨੇ ਮਿਲਜ਼ਾਰ ਕੀਤੀ ਕਿ ਇਹ ਕਲਾਕ੍ਰਿਤੀ ਦੇਸ਼ਵਾਸੀਆਂ ਨੂੰ ਦਿਉ ਦੀ ਸੈਰ ਤੇ ਜਾਣ ਦੀ ਪ੍ਰੇਰਣਾ ਦੇਗੀ ਸਾਲ 2023 ਲਈ ਫੌਜ ਦੇ ਕਮਾਂਡਰਾਂ ਦੀ ਪਹਿਲੀ ਕਾਨਫਰੰਸ ACC ਭਲਕੇ ਤੋਂ ਸ਼ੁਰੂ ਹੋਏਗੀ ਇਹ ਕਾਨਫਰੰਸ ਇਸ ਮਹੀਨੇ ਦੀ 21 ਤਰੀਕ ਤੱਕ ਚੱਲੇਗੀ ਪਹਿਲੀ ਵਾਰ ਸੁਰੱਖਿਆ ਸੰਪਰਕ ਲਈ ਉਪਲਬਧ ਟੈਕਨੋਲੋਜੀ ਦੀ ਵਰਤੋਂ ਕਰਦਿਆਂ ACC ਹਾਈਬ੍ਰਿਡ ਰੂਪ ਵਿੱਚ ਕਰਵਾਈ ਜਾ ਰਹੀ ਹੈ ਜਿੱਥੇ ਫੌਜ ਦੇ ਕਮਾਂਡਰਾਂ ਤੇ ਹੋਰ ਸੀਨੀਅਰ ਅਧਿਕਾਰੀ ਪਹਿਲੇ ਦਿਨ ਵਰਚੁਅਲ ਤੌਰ ਤੇ ਮੀਟਿੰਗ ਕਰਨਗੇ ਇਸ ਤੋਂ ਬਾਅਦ ਵੇਰਵੇ ਸਹਿਤ ਵਿਚਾਰ ਵਟਾਂਦਰੀਆਂ ਦੀ ਜ਼ਰੂਰਤ ਵਾਲੇ ਮੁੱਦਿਆਂ ਤੇ ਆਪ ਮੌਜੂਦ ਰਹਿ ਕੇ ਹੋਣ ਵਾਲੀਆਂ ਮੀਟਿੰਗਾਂ ਲਈ ਇਹ ਦਿੱਲੀ ਆਉਣਗੇ ਸੁडान ਦੀ ਫੌਜ ਅਤੇ ਨੀਮ ਫਾਜੀ ਦਲਾਂ ਦਰਮਿਆਨ ਸੱਤਾ ਦੇ ਸੰਘਰਸ਼ ਨੇ ਦੇਸ਼ ਨੂੰ ਹਿਲਾ ਦਿੱਤਾ ਹੈ ਇਸ ਸੰਘਰਸ਼ ਨਾਲ ਸੈਂਕੜੇ ਲੜਾਕੇ ਤੇ ਪੰਜਾ ਤੋਂ ਵੱਧ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ 60 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਵਸਨੀਕ ਰਾਜਤਾ ਨੇ ਹਾਰਟੋਮ ਤੋਂ ਵਿੱਚ ਗੋਲੀਬਾਰੀ ਤੋਂ ਬਚ ਰਹੇ ਨੇ ਕਿਉਂਕਿ ਬਾਕੀ ਫੌਜਾਂ ਰਾਸ਼ਟਰਪਤੀ ਦੇ ਮਹਿਲ ਸਰਕਾਰੀ ਟੀਵੀ ਅਤੇ ਫੌਜੀ ਸਦਰ ਮੁਕਾਮਾ ਤੇ ਕਬਜ਼ਾ ਕਰਨ ਲਈ ਲੜਾਈ ਕਰ ਰਹੀਆਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੇ ਸੁडान ਦੀ ਰਾਜਤਾ ਨੇ ਹਾਰਟੋਮ ਚ ਹਿੰਸਾ ਵਧਨ ਦੀ ਨਿਖੇਦੀ ਕੀਤੀ ਬਰਤਾਨੀਆ ਅਮਰੀਕਾ ਯੂਰਪੀਅਨ ਯੂਨਾਈਟਿਡ ਚੀਨ ਤੇ ਰੂਸ ਨੇ ਲੜਾਈ ਨੂੰ ਫੌਰਨ ਬੰਦ ਕਰਨ ਲਈ ਕਿਹਾ ਸੈਕਟਰ ਰਾਸ਼ਟਰ ਦੇ ਸਖਤਰ ਜਨਰਲ ਨੇ ਜਨਰਲ ਬੁਰਹਾਨ ਅਤੇ ਜਨਰਲ ਡਾਗੋਲੋ ਨਾਲ ਗੱਲ ਕਰਕੇ ਉਹਨਾਂ ਨੂੰ ਹਿੰਸਾ ਖਤਮ ਕਰਨ ਦੀ ਅਪੀਲ ਕੀਤੀ ਹੈ IPL cricket ਵਿੱਚ ਅੱਜ ਦੁਪਹਿਰ ਬਾਅਦ 3:30 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਸ ਦਾ ਕੋਲਕਾਤਾ ਨਾਈਟ ਰਾਈਡਰਸ ਨਾਲ ਮੁਕਾਬਲਾ ਹੋਏਗਾ। ਦੂਜਾ ਮੈਚ ਸ਼ਾਮ 7:30 ਵਜੇ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਾਂਸ ਅਤੇ ਰਾਜਸਥਾਨ ਦਰਮਿਆਨ ਹੋਏਗਾ। ਕੱਲ ਪੰਜਾਬ ਕਿੰਗਸ ਨੇ ਲਖਨਊ 'ਚ ਲਖਨਊ ਸੁਪਰ ਜਾਇੰਟਸ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਕਿੰਗਸ ਦੇ ਸਿਕੰਦਰ ਰਜ਼ਾ ਨੂੰ ਪਲੇਅਰ ਆਫ ਦਾ ਮੈਚ ਚ ਲਾਨਿਆ ਗਿਆ ਪਹਿਲਾ ਇੱਕ ਹੋਰ ਮੈਚ ਵਿੱਚ ਬੈਂਗਲੁਰੂ ਦੇ ਚੰਨਾ ਸਵਾਮੀ ਸਟੇਡੀਅਮ ਚ ਰਾਇਲ ਚੈਲੈਂਜਰਸ ਬੈਂਗਲੌਰ ਨੇ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾਇਆ ਵਿਰਾਟ ਕੋਹਲੀ ਨੇ 34 ਗੇਂਦਾਂ ਚ 50 ਦੌੜਾਂ ਬਣਾਈਆਂ ਤੇ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਰਾਜਸਥਾਨ ਦੀ 19 ਸਾਲਾ ਨੰਦਨੀ ਗੁਪਤਾ ਬੀਤੀ ਰਾਤ 임ਫਾਲ ਵਿੱਚ 59ਵੇਂ ਫੈਮੀਨਾ ਮਿਸ ਇੰਡੀਆ 2023 ਦੇ ਗ੍ਰੈਂਡ ਫਿਨਾਲੇ ਵਿੱਚ ਫੈਮੀਨਾ ਮਿਸ ਇੰਡੀਆ ਵਰਲਡ 2023 ਵਜੋਂ ਚੁਣੀ ਗਈ ਹੈ। ਦਿੱਲੀ ਦੀ ਸ਼ਿਆ ਪੂੰਜਾ ਨੂੰ ਫਰਸਟ ਰਨਰ ਅਪ ਜਟਕੀ ਮਨੀਪੁਰ ਤੋਂ ਥੋਨਾ ਜਾ ਸੈਲਾ ਲੁਵਾੰਗ ਸੈਕੰਡ ਰਨਰ ਅਪ ਰਹੀ। ਤੀਜੇ ਰਾਜਾ ਤੋਂ ਹਿੱਸਾ ਲੈਣ ਵਾਲੀਆਂ ਔਰਤਾਂ ਵਿੱਚੋਂ ਇੱਤੇ ਔਰਤਾਂ ਚੋਟੀ ਦੀਆਂ ਤਿੰਨ ਜੇਤੂਆਂ ਵਜੋਂ ਚੁਣੀਆਂ ਗਈਆਂ ਨੇ। ਆਖਿਰਚ ਖਾਸ ਖਬਰਾਂ ਇੱਕ ਵਾਰ ਫੇਰ CBI ਦਿੱਲੀ ਆਫਕਾਰੀ ਨੀਤੀ ਦੇ ਕੇਸ ਦੇ ਸੰਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰ ਰਹੀ ਹੈ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਤੇ ਉਸਦੇ ਭਰਾ ਦੇ ਕਤਲਮਗਰੋਂ ਉੱਤਰਪੜ੍ਹ ਦੇ ਇਸ ਪ੍ਰਿਆਗਰਾਜ ਤੇ ਨਾ ਲੱਗਦੇ ਸ਼ਰਮ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਕੇਂਦਰੀ ਖਸਾਨਾ ਮੰਤਰੀ ਮਿਰਬਾ ਨਾ सीतारामਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਛੂਟ ਹੋ ਕੇ ਮਜ਼ਬੂਤ ਅਮਨਪੂਰਨ ਤੇ ਇੱਕਸੁੱਤਾ ਵਾਲੇ ਵਿਸ਼ਵ ਲਈ ਬੁਨਿਆਦ ਤਿਆਰ ਕਰ ਰਹੇ ਨੇ। ਅੰਤਰਰਾਸ਼ਟਰੀ ਪਾਇਚਾਰੇ ਨੇ ਸੁਡਾਨ ਦੀ ਰਾਜਧਾਨੀ ਖਾਰਟੂਮ 'ਚ ਹਿੰਸਾ ਵਧਨ ਦੀ ਨਿਖੇਧੀ ਕੀਤੀ ਹੈ ਤੇ ਆਈਪੀਐਲ ਕ੍ਰਿਕਟ ਵਿੱਚ ਅੱਜ ਮੁੰਬਈ ਵਿੱਚ ਮੁੰਬਈ ਇੰਡੀਆ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜਦਕਿ ਅਹਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਹੋਏਗਾ। ਇਸੇ ਨਾਲ ਹੀ ਆਕਾਸ਼ਵਾਣੀ ਤੋਂ ਖਬਰਾਂ